ਸੁਬਾ ਸਾਨੂੰ ਅੱਜ ਇਹ ਮੈਸੇਜ ਮਿਲਿਆ ਕਿ ਜਿਹਦੇ ਵਿੱਚ ਬੈਡ ਨਿਊਜ਼ ਆ, ਮੇਰਾ ਭਤੀਜੇ ਦੀ ਡੈਥ ਹੋ ਚੁੱਕੀ ਆ। ਮੈਂ ਇੰਡੀਆ ਗੌਰਮੈਂਟ ਤੋਂ ਇਹ ਮੰਗ ਕਰਦਾ ਵੀ ਮੇਰੇ ਬ੍ਰਦਰ ਨੂੰ ਅਤੇ ਮੇਰੇ ਭਤੀਜੇ ਨੂੰ ਡੈਡ ਬੋਡੀ ਲਿਆਉਣ ਦਾ। ਇੱਕ ਜਵਾਨ ਮੁੰਡਾ ਸਾਡੇ ਘਰ ਤੋਂ ਚਲਾ ਗਿਆ, ਪੂਰਾ ਘਰ ਹੀ ਤਬਾਹ ਹੋ ਗਿਆ। ਸਾਨੂੰ ਅੱਜ ਇਹ ਮੈਸੇਜ ਮਿਲਿਆ ਕਿ ਜਿਹਦੇ ਵਿੱਚ ਬੈਡ ਨਿਊਜ਼ ਆ, ਮੇਰਾ ਭਤੀਜੇ ਦੀ ਡੈਥ ਹੋ ਚੁੱਕੀ ਆ। ਉਹਦੇ ਲਈ ਮੈਂ ਇੰਡੀਆ ਗੌਰਮੈਂਟ ਤੋਂ ਇਹ ਮੰਗ ਕਰਦਾ ਵੀ ਮੇਰੇ ਬ੍ਰਦਰ ਨੂੰ ਅਤੇ ਮੇਰੇ ਭਤੀਜੇ ਨੂੰ ਡੈਡ ਬੋਡੀ ਲਿਆਉਣ ਦਾ। ਬਹੁਤ ਮਾੜੀ ਘਟਨਾ ਹੋਈ ਹੈ ਜੀ, ਕਿਉਂਕਿ ਇੱਕ ਜਵਾਨ ਮੁੰਡਾ ਸਾਡੇ ਘਰ ਤੋਂ ਚਲਾ ਗਿਆ। 20-22 ਸਾਲ ਦੀ ਉਮਰ ਸੀਗੀ ਸਾਰੀ, ਕਿਸੇ ਦਾ ਸੋਚਦੇ ਸੀਗੇ ਵੀ ਉਹ 3-4 ਸਾਲ ਤੋਂ ਬਾਅਦ ਸੀਗਾ ਵੀ ਅੱਜ ਉਹ ਡਾਕਟਰ ਬਣ ਕੇ ਆਊਗਾ। ਹੋਰ ਪੂਰਾ ਘਰ ਹੀ ਤਬਾਹ ਹੋ ਗਿਆ। ਬਸ ਅਸੀਂ ਇਹੀ ਮੰਗ ਕਰਦੇ ਵੀ ਉਹਨੂੰ ਉਹਦੀ ਡੈਡ ਬੋਡੀ ਲਾ ਲਓ, ਉਹਨਾਂ ਦੇ ਪਿਤਾ ਜੀ ਲਾ ਲਓ, ਛੇਤੀ ਤੋਂ ਛੇਤੀ ਇੱਥੇ ਆ। ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ। ਸਾਨੂੰ ਜੀ 3 ਤਰੀਕ ਨੂੰ ਟੈਲੀਫੋਨ ਆਇਆ ਵੀ ਤੁਹਾਡੇ ਭਤੀਜੇ ਦੀ ਐਂ ਕਰਕੇ ਇਸ ਤਰ੍ਹਾਂ ਉੱਥੇ ਚਾਂਸ ਹੋ ਗਿਆ, ਉਹ ਮੈਡੀਕਲ ਐਡਮਿਟ ਆ, ਉਹਨੂੰ ਮਤਲਬ ਕਲਾਊਡਸ ਆ ਗਏ ਉਹਦੇ ਦਿਮਾਗ ਦੇ ਵਿੱਚ, ਹਾਰਟ ਦੇ ਵਿੱਚ, ਅਤੇ ਪੈਰਾਲਾਈਜ਼ਸ ਹੋ ਗਿਆ। ਸਾਨੂੰ ਇਮੀਡੀਏਟਲੀ ਉਹਦਾ ਆਪਰੇਸ਼ਨ ਕਰਨਾ, ਸਾਨੂੰ ਤੁਸੀਂ ਆਪਦੇ ਰਿਟਰਨ ਉਹ ਦਿਓ। ਅਸੀਂ ਉਹਨਾਂ ਨੂੰ ਮੋਬਾਈਲ ਦੇ ਉੱਤੇ ਰਿਟਰਨ ਮਨਜ਼ੂਰੀ ਦਿੱਤੀ ਵੀ ਤੁਸੀਂ ਇਹਦਾ ਇਮੀਡੀਏਟਲੀ ਆਪਰੇਸ਼ਨ ਜਿਹੜਾ ਕਰ ਦਿਓ। ਸਾਨੂੰ ਪਤਾ ਲੱਗਿਆ ਵੀ ਸਾਡਾ ਬੱਚਾ ਸਟੇਬਲ ਹੋ ਰਿਹਾ, ਡਾਕਟਰਾਂ ਦੇ ਕਹਿਣ ਦੇ ਮੁਤਾਬਕ ਵੀ ਉਹਦੀ ਪੋਜੀਸ਼ਨ ਹੁਣ ਖਤਰੇ ਤੋਂ ਬਾਹਰ ਆ, ਆਊਟ ਆਫ ਡੇਂਜਰ। ਸਾਨੂੰ ਡਾਕਟਰਾਂ ਨੇ ਕਲੀਅਰ ਕਰਤਾ ਸੀਗਾ ਵੀ ਆਊਟ ਆਫ ਡੇਂਜਰ ਆ। ਉਹਨਾਂ ਨੇ ਸਾਡਾ 1-2 ਵਾਰੀ ਟੈਲੀਫੋਨ ਚੱਕਿਆ, ਪਰ ਉਹਨਾਂ ਵਰੀਆਂ ਸਾਨੂੰ ਕੋਈ ਵੀ ਕਿਸੇ ਕਿਸਮ ਦੀ ਕੋਈ ਵੀ ਸਹਾਇਤਾ ਨਹੀਂ ਮਿਲੀ, ਜਿਹੜੀ ਕਿ ਸਾਨੂੰ ਅਸੀਂ ਅੰਬੈਸੀ ਤੋਂ ਜ਼ਰੂਰ ਮਹਿਸੂਸ ਕਰਦੇ ਸੀ ਵੀ ਸਾਨੂੰ ਉਹ ਕੋਈ ਨਾ ਕੋਈ ਸਾਨੂੰ ਗਾਈਡ ਕਰਨਗੇ, ਪਰ ਉਹਨਾਂ ਨੇ ਸਾਨੂੰ ਬਿਲਕੁਲ ਗਾਈਡ ਨਹੀਂ ਕੀਤਾ, ਨਾ ਸਾਡੀ ਕੋਈ ਗੱਲ ਸੁਣੀ ਗਈ। ਮੈਂ ਕਾਲਜ ਦੇ ਬੱਚਿਆਂ ਨਾਲ, ਬੱਚਿਆਂ ਨੇ ਮੈਨੂੰ ਮੇਰਾ ਨਾਂ ਪਵਾਇਆ ਗਿਆ। ਕਾਲਜ ਦੇ ਬੱਚੇ 47, ਅਸੀਂ 46 ਬੱਚੇ ਸੀ, 47ਵਾਂ ਮੈਂ ਸੀਗਾ। ਅਸੀਂ ਪ੍ਰਾਈਵੇਟ ਬੱਸ ਕਰਕੇ ਬੱਚੇ 'ਤੇ ਅਸੀਂ, ਸਾਨੂੰ ਕਿਸੇ ਦੀ ਕੋਈ ਅਮਦਾਦ ਨਹੀਂ ਮਿਲੀ। 1000 ਗਰੇਵੀਅਨ ਇੱਕ ਬੱਚੇ ਦਾ ਦੇ ਕੇ ਅਸੀਂ 47000 ਗਰੇਵੀਅਨ ਦੇ ਕੇ ਅਸੀਂ ਇੱਧਰ ਆਪਣੇ ਬੁੱਚਾਸਟ ਜਿਹੜਾ ਹੈਗਾ ਬਾਰਡਰ ਉੱਧਰ ਨੂੰ ਤੁਰ ਪਏ ਤੱਕ ਸੀਗੇ। ਸਾਰੇ ਬੱਚੇ ਪੈਦਲ ਬਾਰਡਰ ਬੰਨੀ ਰੂਟ ਮਾਰਚ ਕੀਤਾ, ਤਾਂ ਬਾਰਡਰ ਦੇ ਹਾਲਾਤ ਦੇਖ ਕੇ ਅਸੀਂ ਬਹੁਤ ਡਰ ਗਏ ਵੀ ਇੱਥੇ ਕੀ ਹੋ ਰਿਹਾ ਕੀ ਨਹੀਂ। ਉੱਥੇ 2-2 ਦਿਨਾਂ ਤੋਂ ਬੱਚੇ ਖੜ੍ਹੇ ਸੀ ਜਿਹੜੇ ਲਾਈਨਾਂ 'ਚ ਲੱਗੇ ਹੋਏ ਸੀਗੇ, ਜਿਨ੍ਹਾਂ ਉੱਤੇ ਫਾਇਰਿੰਗ ਵੀ ਹੋਈ, ਬੱਚਿਆਂ ਨੂੰ ਕੁੱਟਿਆ ਵੀ ਗਿਆ। ਔਰ ਜਿਸ ਦਿਨ ਖੁਦ ਮੇਰਾ ਆਪਦਾ ਮੈਨੂੰ ਬਾਰਡਰ ਦੇ ਅੰਦਰ ਮੈਂ ਗਿਆ ਅਤੇ ਉਸ ਦਿਨ ਵੀ ਫਾਇਰਿੰਗ ਹੋਈ ਅਤੇ ਬੱਚਿਆਂ ਨੂੰ ਉਸ ਦਿਨ ਵੀ ਕੁੱਟਿਆ ਗਿਆ। ਉੱਥੇ ਅੰਬੈਸੀ ਵੰਨੀਓ ਕੋਈ ਇੰਤਜ਼ਾਮ ਨਹੀਂ ਸੀਗਾ, ਯੂਕਰੇਨ ਅੰਬੈਸੀ ਵੰਨੀ।